ਅਸਲਾਮ ਵਾਲੇਕਮ ਦੋਸਤੋ ਦੋਸਤੋ ਅੱਜ ਬਣਾ ਲੱਗੀਆਂ ਮੈਂ ਦਾਲ ਕਦੂ ਦੀ ਸਬਜ਼ੀ ਤੇ ਸਭ ਤੋਂ ਪਹਿਲੇ ਜਿਹੜਾ ਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਦੂ ਜਿਹੜਾ ਨਾ ਮੈਂ ਉਹ ਤੋਕੇ ਕੱਟ ਲਿਆ ਏ ਤੇ ਦਾਲ ਜਿਹੜੀ ਉਹ ਮੈਂ ਅੱਧਾ ਘੰਟਾ ਪਹਿਲੇ ਭਿਗੋ ਕੇ ਰੱਖੀ ਹੋਈ ਸੀ ਤੋਕੇ ਤੇ ਕਦੂ ਨੂੰ ਮੈਂ ਕੜਾਈ ਵਿੱਚ ਪਾ ਕੇ ਤੇ ਵਿੱਚ ਹੀ ਮੈਂ ਪਾਣ ਲੱਗੀਆਂ ਦਾਲ ਤੇ ਬਾਕੀ ਮਸਾਲੇ ਵੀ ਸਾਰੇ ਇਹਨੇ ਵਿੱਚ ਸ਼ਾਮਲ ਕਰਨੇ ਨੇ ਟਮਾਟਰ, ਹਰੀ ਮਿਰਚ, ਪਿਆਜ਼, ਧਨੀਆ, ਲਾਲ ਮਿਰਚ, ਹਲਦੀ, ਗਰਮ ਮਸਾਲਾ ਇਹ ਸਭ ਕੁ ਜਿਹੜਾ ਇਹਦੇ ਵਿੱਚ ਐਡ ਕਰਦੇ ਹਾਂ ਤੇ ਟਮਾਟਰ ਜਿਹੜਾ ਛੱਟ ਦਿੱਤਾ ਮੈਂ ਹਰੀ ਮਿਰਚ ਵੀ ਛੱਟ ਦਿੱਤੀ ਹੈ ਤਕਰੀਬਨ ਦੋ ਹਰੀ ਮਿਰਚ ਪਾਈਆਂ ਨੇ ਤੇ ਇੱਕ ਇੱਕ ਅਦਤ ਪਿਆਜ਼ ਕੱਟਿਆ ਸੀ ਪਿਆਜ਼ ਵੀ ਵਿੱਚ ਛੱਡ ਦਿੱਤਾ ਇੱਕ ਚਮਚ ਵਿੱਚ ਨਮਕ ਸਖ ਲੈਨੇ ਆ ਤੇ ਹਲਦੀ ਤੇ ਮਿਰਚ ਹਸਬੇ ਜ਼ਾਇਕਾ ਇਹ ਪਾ ਕੇ ਵਿੱਚ ਪਾਣੀ ਵੀ ਪਾ ਦੇਣਾ ਹੈ ਕੋਈ 2 ਗਲਾਸ ਪਾਣੀ ਪਾ ਦੇਣਾ ਤਾਂ ਕਿ ਗਲ ਜਾ ਸਾਡੀ ਸਬਜ਼ੀ ਤੇ ਅੱਧਾ ਕੱਪ ਜਾਂ 1 ਪੂਨਾ ਕੱਪ ਜਿਹੜਾ ਨਾ ਆਇਲ ਪਾ ਦੇਣਾ ਇਹਨੂੰ ਰੱਖ ਦੇਣਾ ਬਸ ਹੁਣ ਚੁੱਲੇ ਤੇ ਚੁੱਲੇ ਤੇ ਨੂੰ ਰੱਖ ਦੇ ਨੇ ਪਕਾਣੇ ਵਾਸਤੇ ਤੇ 20 ਮਿੰਟਾਂ ਵਿੱਚ ਸਾਡੀ ਸਬਜ਼ੀ ਸਾਡੀ ਫਿਰ ਰੈਡੀ ਹੋ ਜਏਗੀ ਤੇ ਬਾਕੀ ਤੁਹਾਨੂੰ ਵਹਾਨੇ ਆ ਕਿ ਕਿਸ ਤਰ੍ਹਾਂ ਦੀ ਹੋ ਗਈ ਏ ਤੇ ਟਕਣ ਚੁਕਨੇ ਆ ਦਾ ਤੇ ਵੇਖਨੇ ਆ ਵਿੱਚ ਕੀ ਪੇਤਾ ਬਣਦਾ ਪਿਆ ਓਏ ਹੋਏ ਧਾਲ ਕਿਦ ਨੂੰ ਤੇ ਵਾਲੇ ਬੜੇ ਚੜੇ ਜੇ ਇਹ ਬਹੁਤ ਜਲਦੀ ਖਾਲ ਜਾਣਾ ਫਿਰ ਤੁਹਾਨੂੰ ਦੱਸਨੀ ਆ ਕਿ ਰੈਸਪੀ ਸਾਡੀ ਕਿਸ ਤਰ੍ਹਾਂ ਦੀ ਬਣੀ ਹੈ ਤੇ ਮੇਰੀ ਰੈਸਪੀ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਇਸ ਤਰੀਕੇ ਨਾਲ ਬਿਲਕੁਲ ਆਸਾਨ ਤੇ ਦਿਲ ਦੀ ਤੇ ਕੋਈ ਜ਼ਿਆਦਾ ਮੁਸ਼ਕਲ ਵੀ ਨਹੀਂ ਕਰਨੀ ਪੈਂਦੀ ਤੇ ਦੋਸਤੋ ਸਾਡੀ ਸਬਜ਼ੀ ਬਿਲਕੁਲ ਗਈ ਹੈ ਗਲ ਇਹਨੂੰ 2 ਮਿੰਟ ਥੋੜਾ ਬਹੁਤਾ ਸੇਕ ਲਵਾਉਣਾ ਭੁੰਨ ਭੰਨ ਕੇ ਵਿੱਚ ਧਨੀਆ ਪਾ ਦੇਣਾ ਤੰਗੀਆਂ ਪਾ ਕੇ ਤੇ ਤੰਨੀਆਂ ਨੂੰ ਮੇ 2 ਮਿੰਟ ਬਸ ਜਿਹੜਾ ਨਾ ਘਿਓ ਦੇ ਵਿੱਚ ਪੁੰਨਾ ਹੈ ਤੇ ਵਿੱਚ ਪਾ ਦਿਆਂਗੇ ਅਸੀਂ ਫਿਰ ਗਰਮ ਮਸਾਲਾ ਤੇ ਹਰੀ ਮੇਥੀ ਸਕਾ ਕੇ ਰੱਖੀਏ ਉਹ ਵੀ ਪਾ ਦਾਂਗੇ ਹਰੀ ਮੇਥੀ ਵੀ ਪਾ ਸ਼ਾਮਲ ਹੋ ਗਈ ਹੈ ਇਹ ਹਰੀ ਮੇਥੀ ਤੋਂ ਬਾਅਦ ਇਸ 2 ਮਿੰਟ ਬਸ ਸਨ ਨੂੰ ਪੁੰਨਾ ਹੈ ਤੇ ਤੰਨੀਆਂ ਨੂੰ ਸੇਕ ਲੱਗ ਗਿਆ ਹੁਣ ਅਸੇ ਵਿੱਚ ਪਾ ਦਿੰਦੇ ਆ ਗਰਮ ਮਸਾਲਾ ਗਰਮ ਮਸਾਲਾ ਵੀ ਪਾ ਕੇ ਇਹਨੂੰ ਬਸ 2 ਮਿੰਟ ਅੱਗੇ ਫਿਰ ਰੈਡੀ ਹੋ ਜਾਏਗੀ ਸਾਡੀ ਸਬਜ਼ੀ ਇਹਨੂੰ ਚੁੱਲੇ ਤੋਂ ਉਤਾਰ ਕੇ ਤੇ ਪਲੇਟਸ ਦੇ ਵਿੱਚ ਪਾ ਕੇ ਤੇ ਸਰਵ ਕਰ ਲਾਂਦੇ ਤੇ ਤੁਹਾਨੂੰ ਨਾਲੇ ਵਹਾ ਦੇ ਤੇ ਵੇਖੋ ਜੀ ਸਾਡੀ ਸਬਜ਼ੀ ਦੀ ਸ਼ਕਲ